ਅਸੀਂ ਤਾਂ ਝੋਨੇ ਤੋਂ ਕਾੜਾ ਛਡਾਉਣਾ ਚਾਹੁੰਦੇ ਹਾਂ, ਅਸੀਂ ਕਹਿੰਦੇ ਵੀ ਸਾਨੂੰ, ਅਸੀਂ ਤਾਂ ਮੂੰਗੀ ਬੀਜ ਦਿੰਦੇ ਹਾਂ, ਮੱਕੀ ਬੀਜ ਦਿੰਦੇ ਹਾਂ, ਬਾਜਰਾ ਬੀਜ ਦਿੰਦੇ ਹਾਂ, ਅਸੀਂ ਸੌਖੇ ਹਾਂ ਪਾਣੀ ਮੁਕਾ ਕੇ। ਅਸੀਂ ਨੇ ਨਹੀਂ ਪਾਣੀ ਮੁਕਾਇਆ, ਪਾਣੀ ਇਹਨਾਂ ਨੇ ਮੁਕਾਇਆ, ਇਹਨਾਂ ਦੀ ਨੀਤੀ ਨੇ ਮੁਕਾਇਆ, ਇਹਨਾਂ ਦੀ ਪੋਲਿਸੀ ਨੇ। ਅਸੀਂ ਡਾਇਵਰਸੀਫਿਕੇਸ਼ਨ ਚਾਹੁੰਦੇ ਹਾਂ। DAP ਦਾ ਰੇਟ ਉੱਚਾ ਹੋ ਗਿਆ, ਯੂਰੀਏ ਦਾ ਰੇਟ ਉੱਚਾ ਹੋ ਗਿਆ, ਬਿਜਲੀ ਦੇ ਬਿੱਲ ਉੱਚੇ ਹੋ ਗਏ, ਗੈਸ ਦੀਆਂ ਕੀਮਤਾਂ ਉੱਚੀਆਂ ਹੋ ਗਈਆਂ। ਕਿਹੜੀ ਚੀਜ਼ ਹੈ ਜਿਹਦੇ ਨਾਲ ਸਾਡੀ ਆਮਦਨ ਦੁੱਗਣੀ ਹੋ ਜੂ? ਦੁਖੀ ਕਿਸਾਨ ਕਦੋਂ ਹੁੰਦਾ? ਜਦੋਂ ਉਹਦਾ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਦੁਖੀ ਹੁੰਦਾ ਜਦੋਂ ਉਹਨੂੰ ਨਮੋਸ਼ੀ ਝੱਲਣੀ ਪੈਂਦੀ ਹੈ ਸਮਾਜ ਦੇ ਵਿੱਚ। ਇਹ ਹਾਲਤਾਂ ਫਿਰ ਕਿਹਨੇ ਪੈਦਾ ਕਰਤੀਆਂ ਬਾਈ? ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਇੱਕ ਡਿਸਪੂਟ ਹੋਇਆ ਜਿਹਦੇ ਨਾਲ ਮੋਰਚੇ ਨੂੰ ਢਾਹ ਲੱਗੀ ਹੈ। ਭਾਰਤ ਦੇ ਵੱਖ ਵੱਖ ਰਾਜਾਂ ਨਾਲ ਸੰਬੰਧਿਤ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਦਿੱਲੀ ਦੀਆਂ ਬਰੂਹਾਂ 'ਤੇ ਇੱਕ ਲੰਬਾ ਕਿਸਾਨ ਅੰਦੋਲਨ ਕੀਤਾ, ਜਿਸ ਦਾ ਹਿੱਸਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਹੜੇ ਸੂਬਾ ਪ੍ਰਧਾਨ ਨੇ ਜੋਗਿੰਦਰ ਸਿੰਘ ਉਗਰਾਹਾਂ, ਉਹ ਅੱਜ ਸਾਡੇ ਨਾਲ ਨੇ। ਉਹਨਾਂ ਤੋਂ ਜਾਣਦੇ ਹਾਂ ਕਿ ਇਸ ਸੰਘਰਸ਼ ਦੇ ਅੱਜ 6 ਮਹੀਨੇ ਪੂਰੇ ਹੋ ਗਏ। ਉਗਰਾਹਾਂ ਸਾਹਿਬ, ਕਿਵੇਂ ਦੇਖਦੇ ਹੋ ਉਸ ਅੰਦੋਲਨ ਨੂੰ, 6 ਮਹੀਨੇ ਬਾਅਦ ਕਿਸਾਨਾਂ ਦੀ ਦਸ਼ਾ ਅੰਦੋਲਨ ਤੋਂ ਬਾਅਦ ਬਦਲੀ? ਦੇਖੋ, ਅੰਦੋਲਨ ਸਹੀ ਸਲਾਮਤ ਜਿਹੜੀਆਂ ਮੁੱਖ ਮੰਗਾਂ ਸੀ ਉਹਨਾਂ ਨੂੰ ਰੱਦ ਕਰਵਾ ਕੇ ਵਾਪਸ ਮੁੜਿਆ, ਅਤੇ ਸਾਰੇ ਭਾਰਤ ਦੀਆਂ ਜਥੇਬੰਦੀਆਂ ਸਰਬਸੰਮਤੀ ਨਾਲ ਉੱਥੋਂ ਉੱਠ ਕੇ ਆਈਆਂ ਨੇ। ਜਿਹੜੀਆਂ ਅੰਦੋਲਨ ਦੇ ਨਾਲ ਜੁੜਵੀਆਂ ਕੁਛ ਮੰਗਾਂ ਸੀ ਉਹ ਰਹਿੰਦੀਆਂ, ਅਤੇ ਕੁਛ ਮੰਗਾਂ ਅੰਦੋਲਨ ਦੌਰਾਨ ਪੈਦਾ ਹੋਈਆਂ, ਜਿਵੇਂ ਸ਼ਹੀਦਾਂ ਨੂੰ ਕੰਪਨਸੇਸ਼ਨ ਵਾਲੀ ਗੱਲ, ਪਰਚੇ ਰੱਦ ਕਰਵਾਉਣ ਦੀ ਗੱਲ, ਇਹ ਗੱਲਾਂ, ਅਤੇ ਕੁਛ MSP ਨੂੰ ਗਰੰਟੀ ਕਾਨੂੰਨ ਬਣਾਉਣ ਵਾਸਤੇ ਗੱਲ, ਬਿਜਲੀ ਬਿੱਲ 2020 ਨੂੰ ਵਾਪਸ ਕਰਵਾਉਣ ਦੀ ਗੱਲ, ਇਹ ਕੁਛ ਗੱਲਾਂ ਨੇ ਜਿਹੜੀਆਂ ਪੈਂਡਿੰਗ ਰਹਿੰਦੀਆਂ ਸੀ, 5-6 ਮੰਗਾਂ, ਜਿਨ੍ਹਾਂ 'ਤੇ ਅਸੀਂ ਅਜੇ ਅੰਦੋਲਨ ਜਾਰੀ ਰੱਖਿਆ ਹੋਇਆ, ਮੁਲਤਵੀ ਕੀਤਾ, ਅੰਦੋਲਨ ਖਤਮ ਨਹੀਂ ਕੀਤਾ, ਉਹ ਜਾਰੀ ਹੈ। ਉਹ 'ਤੇ ਅਸੀਂ ਮੋਰਚਾ ਉਠਾਉਣ ਤੋਂ ਬਾਅਦ 11 ਦਸੰਬਰ ਤੋਂ ਬਾਅਦ ਜਦੋਂ ਅਸੀਂ ਵਾਪਸ ਆਏ ਹਾਂ, 2-3 ਐਕਸ਼ਨ ਕੀਤੇ ਨੇ ਆਲ ਇੰਡੀਆ ਪੱਧਰ 'ਤੇ, ਕਾਲ ਵੀ ਦਿੱਤੀ ਹੈ, ਅਤੇ ਹੁਣ ਵੀ ਅਸੀਂ ਭਾਰਤ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਮੀਟਿੰਗ ਕਰਕੇ ਅਗਲਾ ਐਕਸ਼ਨ ਪ੍ਰੋਗਰਾਮ ਦੇਣ ਦੇ ਰੌਂ 'ਚ। ਪਰ ਕੁਛ ਕੁ ਇਸ ਦੌਰਾਨ 2022 ਦੀਆਂ ਚੋਣਾਂ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਇੱਕ ਡਿਸਪੂਟ ਆ ਗਿਆ, ਕੁਝ ਜਥੇਬੰਦੀਆਂ ਨੇ ਪੋਲੀਟੀਕਲ ਪਾਰਟੀ ਬਣਾ ਲਈ, ਜਿਹਦੇ ਕਰਕੇ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਵੰਡ ਪਏਗੀ, ਜਿਹਦਾ ਸੱਟ ਪਈ ਆ ਘੋਲ 'ਤੇ। ਬਹੁਤ ਸਾਰੀਆਂ ਜਥੇਬੰਦੀਆਂ ਮਤਲਬ ਇਸ ਗੱਲ 'ਤੇ ਇਤਰਾਜ਼ ਕਰਦੀਆਂ ਨੇ ਵੀ ਜਿਹੜੀਆਂ ਚੋਣਾਂ ਦੇ ਵਿੱਚ ਗਈਆਂ ਜਥੇਬੰਦੀਆਂ ਨੇ ਉਹਨਾਂ ਨੂੰ ਸੰਯੁਕਤ ਮੋਰਚੇ ਰੱਖਿਆ ਜਾਵੇ ਕਿ ਨਾ ਰੱਖਿਆ ਜਾਵੇ। ਇਸ ਕਿਸਮ ਦੀ ਕੰਟਰਾਵਰਸੀ ਦੇ ਡਿਸਪੂਟ ਬਣਿਆ ਜਿਹੜਾ ਹੱਲ ਦੇ ਕਿਨਾਰੇ ਹੈ, ਕਿਉਂਕਿ ਜਿਹੜੀਆਂ ਜਥੇਬੰਦੀਆਂ ਆਲਰੇਡੀ ਪਾਰਟੀ ਬਣ ਚੁੱਕੀਆਂ ਉਹ ਇਸ ਸਕੀਮ ਦੇ ਪਾਰਟ ਨਹੀਂ ਰਹਿ ਸਕਦੀਆਂ, ਇਹ ਪਹਿਲਾਂ ਦੀ ਵਿਧਾਨ ਦੇ ਵਿੱਚ ਮੋਟੀ ਕੀਤਾ ਹੈ। ਜਿਹੜੀਆਂ ਜਥੇਬੰਦੀਆਂ ਪਾਰਟੀਆਂ ਉਹਨਾਂ ਦੀਆਂ ਚੋਣਾਂ ਲੜਦੀਆਂ ਨੇ, ਜਨਤਕ ਜਥੇਬੰਦੀਆਂ ਨਖੇੜਾ ਕਰਕੇ ਚੱਲਦੀਆਂ ਨੇ, ਉਹ ਇਸ ਸਕੀਮ ਦਾ ਪਾਰਟ ਰਹਿ ਸਕਦੀਆਂ ਨੇ, ਪਹਿਲਾਂ ਤੋਂ ਵੀ ਤਾਂ ਹੈ। ਉਹ ਛੋਟੀਆਂ ਮੋਟੀਆਂ ਊਣਤਾਈਆਂ ਜਿਹੜੀਆਂ ਘੋਲ ਦੌਰਾਨ ਰਹੀਆਂ ਨੇ, ਜਿਹੜੀਆਂ ਘੋਲ ਦੇ ਅੰਦਰ ਹੁੰਦੀਆਂ ਨੇ, ਉਹ ਊਣਤਾਈਆਂ ਨੂੰ ਹੱਲ ਕਰਨ ਦਾ ਮਸਲਾ ਹੈ, ਅਤੇ ਇਸ ਸਕੀਮ ਉਸੇ ਰੂਪ 'ਚ ਉਸੇ ਤਰ੍ਹਾਂ ਜਾਂ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਮੰਗਾਂ ਨੇ ਉਹਨਾਂ 'ਤੇ ਵੀ, ਯਾਨੀ ਫਿਰ ਹਿੰਦੁਸਤਾਨ ਦੇ ਵਿੱਚ ਜਾਂ ਕਿਸਾਨੀ ਨਾਲ ਜਿਹੜੀਆਂ ਪਹਿਲਾਂ ਖੜੀਆਂ ਮੰਗਾਂ ਨੇ ਜਿਵੇਂ ਕਰਜ਼ੇ ਵਾਲੀ ਅਤੇ ਹੋਰ, ਉਹਨਾਂ 'ਤੇ ਵੀ ਅਗਲੇ ਐਕਸ਼ਨ ਪ੍ਰੋਗਰਾਮ ਫੇਰ ਲਈ। ਤੁਸੀਂ ਕਿਹਾ ਵੀ ਜਥੇਬੰਦੀਆਂ ਅੱਡ ਹੋਈਆਂ ਨੇ, ਤੁਹਾਨੂੰ ਲੱਗਦਾ ਵੀ ਕਿਸਾਨ ਏਕਤਾ ਕਮਜ਼ੋਰ ਹੋਈ ਹੈ ਇਸ ਨਾਲ?
ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਵੀ ਉਹਦੇ ਨਾਲ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਇੱਕ ਡਿਸਪੂਟ ਹੋਇਆ ਜਿਹਦੇ ਨਾਲ ਮੋਰਚੇ ਨੂੰ ਢਾਲ ਗਈ ਆ, ਇਹ ਠੀਕ ਹੈ ਗੱਲ। ਪਰ ਇਹ ਹੈ ਵੀ ਮੋਰਚਾ ਮੁੜ ਉਸ ਹਾਲਤ 'ਚ ਨਹੀਂ ਆ ਸਕਦਾ, ਇਹ ਕਦੇ ਵੀ ਨਹੀਂ ਹੁੰਦਾ। ਉਸ ਹਾਲਤ ਦੇ ਵਿੱਚ ਇਹ ਹੈ ਲਗਭਗ ਸਾਰੀਆਂ ਜਥੇਬੰਦੀਆਂ ਜਿੰਨੀਆਂ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਉਹ ਐਕਟਿਵ ਨੇ। ਜਿਹੜੀਆਂ ਪੋਲੀਟੀਕਲ ਪਾਰਟੀ ਬਣਾ ਚੁੱਕੀਆਂ ਉਹਨਾਂ ਨੇ ਪੋਲੀਟੀਕਲ ਪੈਂਤੜੇ 'ਤੇ ਜਾਣਾ, ਉਹਦਾ ਭਾਵੇਂ ਨੁਕਸਾਨ ਤਾਂ ਹੋਇਆ ਵਕਤੀ ਤੌਰ 'ਤੇ ਸਾਨੂੰ, ਪਰ ਇਹ ਨਹੀਂ ਵੀ ਉਹ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਉਕਦਾ ਕੋਈ ਰਾਹ ਰੋਕਣਗੀਆਂ। ਉਹ ਸਾਰੀਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ 'ਤੇ ਬਹੁਤ ਛੇਤੀ ਆ ਜਾਣ। ਤਿੰਨ ਖੇਤੀ ਬਿੱਲ ਰੱਦ ਹੋਏ, ਕਿਸਾਨਾਂ ਨੇ ਜਿੱਤ ਦੇ ਜਸ਼ਨ ਮਨਾਏ। 9 ਤਰੀਕ ਨੂੰ, 9 ਦਸੰਬਰ ਨੂੰ ਪਿਛਲੀ ਨੂੰ ਇੱਕ ਪੱਤਰ ਲਿਖਿਆ ਸੈਂਟਰ ਨੇ ਯੂਨੀਅਨ ਨੂੰ, ਮੋਰਚੇ ਨੂੰ, ਵੀ ਜਿਹੜੀ MSP ਆ ਉਹਦੇ ਉੱਪਰ ਵਿਚਾਰ ਕੀਤਾ ਜਾਵੇ। ਤੁਹਾਨੂੰ ਲੱਗਦਾ ਵੀ ਉਹਦੀ ਜਿਹੜੀ ਉਹਦੀ ਕਮੇਟੀ ਬਣਾਈ ਗਈ ਸੀ ਜਿਹ 'ਚ ਖੇਤੀ ਮਾਹਰ ਸੀ, ਉਹਦੀਆਂ ਕਿੰਨੀਆਂ ਮੀਟਿੰਗਾਂ ਹੋਈਆਂ? ਦੇਖੋ, ਅਸੀਂ ਤਾਂ ਉਹਦੇ 'ਚ MSP ਕਮੇਟੀ ਬਣਾ ਰਹੇ ਹੋ ਤੁਸੀਂ, MSP ਕਮੇਟੀ ਬਣਾ ਲਓ। MSP ਨੂੰ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਹੜੇ ਉਹਨਾਂ ਨੇ ਇੱਧਰੋਂ ਨੁਮਾਇੰਦਿਆਂ ਦੇ ਨਾਮ ਮੰਗੇ ਸੀ, ਉਹ SKM ਦੀ ਕਮੇਟੀ ਦੇ ਵਿੱਚ ਇਹ ਏਜੰਡਾ ਲੱਗਿਆ ਸੀ। SKM ਦੀ ਕਮੇਟੀ ਨੇ ਕਿਹਾ ਵੀ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜੀ ਇਹ ਕਮੇਟੀ ਬਣਾ ਰਹੇ ਹੋ ਉਹਦਾ ਕੰਮ ਕੀ ਹੋਊਗਾ, ਕੀ ਉਹ ਕਮੇਟੀ ਗਰੰਟੀ ਕਾਨੂੰਨ ਬਣਾਉਣ ਵਾਸਤੇ ਕਮੇਟੀ ਬਣ ਰਹੀ ਹੈ ਜਾਂ MSP ਨੂੰ ਜਾਰੀ ਰੱਖਣ ਵਾਸਤੇ ਕੋਈ ਕਮੇਟੀ ਬਣ ਰਹੀ ਹੈ, ਉਹਦੀ ਡਿਟੇਲ ਦਿਓ ਸਾਨੂੰ। ਸਰਕਾਰ ਤੋਂ ਲਿਖਤੀ ਚਿੱਠੀ ਮੰਗੀ ਸੀ, ਜਦੋਂ ਡਿਟੇਲ ਆ ਗਈ ਵੀ ਉੱਥੇ ਅਸੀਂ ਬਹਿਸ ਕਰਕੇ ਫਿਰ ਅਸੀਂ ਕਮੇਟੀ ਦੇ ਬੰਦੇ ਦੇ ਦਾਂਗੇ। ਸਰਕਾਰ ਨੂੰ 2 ਚਿੱਠੀਆਂ ਲਿਖੀਆਂ, ਸਰਕਾਰ ਨੇ ਕੋਈ ਜਵਾਬ ਨਹੀਂ ਘੱਲਿਆ, ਉਲਟਾ ਸਰਕਾਰ ਦੋਸ਼ ਦੇ ਰਹੀ ਹੈ ਕਿ ਕਿਸਾਨ ਜਥੇਬੰਦੀਆਂ ਆਪਦੇ ਨੁਮਾਇੰਦੇ ਨਹੀਂ ਦਿੰਦੀਆਂ। ਕਿਸਾਨ ਜਥੇਬੰਦੀਆਂ ਦਾ ਨਹੀਂ ਕੋਈ ਦੋਸ਼, ਇਹ ਕੇਂਦਰ ਟਾਲ ਮਟੋਲ ਕਰਕੇ ਇਹ ਗੱਲ ਨੂੰ ਟਾਲ ਪਾਸੇ ਰੱਖਣਾ ਚਾਹੁੰਦਾ। ਜਿਹੜੀ ਖੇਤੀ MSP ਵਾਸਤੇ ਗਰੰਟੀ ਕਾਨੂੰਨ ਬਣਾਉਣਾ ਤਾਂ ਉਹ ਟਾਲਾ ਵੱਟਣਾ ਚਾਹੁੰਦਾ। ਤੁਹਾਨੂੰ ਜਦੋਂ ਤੁਸੀਂ ਇੱਥੋਂ ਚੱਲੇ ਸੀ ਦਿੱਲੀ ਵੱਲ, ਉਸ ਵੇਲੇ ਦੀ ਲੱਗਦਾ ਸੀ ਵੀ ਕਿਸਾਨ ਇੰਨਾ ਇਕੱਠ ਕਰ ਲੈਣਗੇ ਅਤੇ ਸਰਕਾਰ ਨੂੰ ਦਬਾ ਲੈਣਗੇ, ਉਹ ਕੀ ਮਨ 'ਚ ਵਲਵਲੇ ਸੀ ਉਸ ਵੇਲੇ ਦੇ, ਕਿਉਂਕਿ ਅੱਜ 6 ਮਹੀਨੇ ਬਾਅਦ ਸਾਰੇ ਜਾਣਨਾ ਚਾਹੁੰਦੇ ਨੇ? ਦੇਖੋ, ਤੁਸੀਂ ਮੇਰੀਆਂ ਸਟੇਟਮੈਂਟਾਂ ਪੜ੍ਹੋ। ਅਸੀਂ ਇੱਕ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ 'ਚ ਅਸੀਂ ਕਿਹਾ ਵੀ 2 ਮੋਰਚਿਆਂ ਤੋਂ ਅਸੀਂ ਜਾਵਾਂਗੇ। ਇੱਕ ਮੋਰਚਾ ਜਿਹੜਾ ਸਾਡਾ ਇੱਧਰੋਂ ਸ਼ੁਰੂ ਹੋਣਾ ਆਪਣਾ ਦੱਬ ਵਾਲੀ ਤੋਂ, ਦੂਜਾ ਮੋਰਚਾ ਸਾਡਾ ਖਨੌਰੀ ਵਾਲੇ ਪਾਸਿਓਂ ਜਾਣਾ। ਇਹ 2 ਮੋਰਚਿਆਂ 'ਤੇ ਸਾਡਾ ਲਗਭਗ 2 ਲੱਖ ਬੰਦਾ ਸਾਡਾ ਜਾਊਗਾ। ਇਹ ਕਿਹਾ ਨਹੀਂ, ਇਹ ਅਸੀਂ ਦਿਖਾਇਆ। 2 ਲੱਖ ਬੰਦਾ ਅਸੀਂ ਇੱਕ ਰਾਤ ਉੱਥੇ ਠਹਿਰਿਆ ਦੱਬ ਵਾਲੀ ਅਤੇ ਖਨੌਰੀ ਖੜ੍ਹੇ ਹਾਂ, ਅਤੇ 2 ਲੱਖ ਗਿਆ ਅਤੇ ਤੁਸੀਂ ਉੱਥੇ ਦੇਖਿਆ ਸਾਡਾ 16 ਕਿਲੋਮੀਟਰ ਲੰਮਾ ਕਾਫਲਾ ਸੀ। ਇਸ ਤਰ੍ਹਾਂ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਸੀ ਇਹ ਘੋਲ 'ਚ ਸ਼ਾਮਿਲ, ਹਿੰਦੁਸਤਾਨ ਦੀਆਂ ਬਾਰੇ ਇੰਨੀ ਜਾਣਕਾਰੀ ਨਹੀਂ ਸੀ। ਪੰਜਾਬ ਦੀਆਂ ਜਥੇਬੰਦੀਆਂ ਬਾਰੇ ਇਕੱਠ ਕਰਨ ਦੀ ਸਮਰੱਥਾ ਰੱਖਣ ਵਾਲੀਆਂ ਸਾਰੇ ਜਥੇਬੰਦੀਆਂ ਦਾ ਪੂਰਾ ਜ਼ੋਰ ਲਾਇਆ ਅਤੇ ਪੂਰੇ ਜ਼ੋਰ ਨਾਲ ਗਏ ਨੇ, ਅਤੇ ਪੰਜਾਬ ਦੇ ਲੋਕਾਂ ਦਾ ਵੀ ਸਾਨੂੰ ਪੂਰਾ ਹੰਗਾਰਾ ਰਿਹਾ। ਕਿਸਾਨ ਅੰਦੋਲਨ ਦੌਰਾਨ 700 ਤੋਂ ਵੱਧ ਜਿਹੜੇ ਕਿਸਾਨ ਸੀ ਉਹਨਾਂ ਦੀ ਜਾਨ ਚਲੀ ਗਈ, ਉਹਨਾਂ ਵਾਸਤੇ ਮੁਆਵਜ਼ੇ ਦੀ ਮੰਗ ਹੋਈ, ਸਰਕਾਰੀ ਨੌਕਰੀਆਂ ਦੀ ਮੰਗ ਹੋਈ, ਕੀ ਉਹ ਤੁਹਾਡੀ ਜਿਹੜੀ ਮੰਗ ਸੀ ਉਹ ਸਰਕਾਰ ਨੇ ਪੂਰੀ ਕੀਤੀ? ਦੇਖੋ, ਹਰ ਇੱਕ ਜ਼ਿਲ੍ਹੇ ਦੀ ਇਹ ਕੰਪਨਸੇਸ਼ਨ ਦੇ ਮਸਲੇ 'ਤੇ ਹਰ ਇੱਕ ਜ਼ਿਲ੍ਹੇ ਦੀ ਇੱਕੋ ਜਿਹੀ ਪੁਜੀਸ਼ਨ ਨਹੀਂ, ਹਰ ਇੱਕ ਜ਼ਿਲ੍ਹੇ ਦੀ ਵੱਖਰੀ ਵੱਖਰੀ ਪੁਜੀਸ਼ਨ ਹੈ। ਜਿਹੜੇ ਜ਼ਿਲ੍ਹਿਆਂ ਦੇ ਸਾਡੇ ਬੰਦੇ ਸ਼ਹੀਦ ਹੋ ਗਏ, ਤੁਰਤ ਜਾ ਕੇ ਉਹਨਾਂ ਦੀ ਡੈੱਡ ਬੋਡੀ ਰੱਖ ਕੇ ਪੋਸਟਮਾਰਟਮ ਵੀ ਉਦੋਂ ਕਰਾਇਆ ਵੀ ਪਹਿਲਾਂ ਮੁਆਵਜ਼ਾ ਲੈ ਲਿਆ, ਉੱਥੇ ਕੰਪਨਸੇਸ਼ਨ ਦੀਆਂ ਘਟਨਾਵਾਂ ਘੱਟ ਨੇ। ਕੁਛ ਜ਼ਿਲ੍ਹਿਆਂ ਦੇ ਵਿੱਚ ਕੰਪਨਸੇਸ਼ਨ ਦੀਆਂ ਪੈਂਡਿੰਗ ਰਹਿੰਦੀਆਂ ਨੇ, ਉਹ ਆ ਜਿਵੇਂ ਸੰਗਰੂਰ ਦੇ ਵਿੱਚ ਕੁਛ ਕੇਸ ਨੇ,
ਉਹਨਾਂ ਨੇ ਹੁਣ ਉਹ ਚੋਣ ਜਾਬਤਾ ਲੱਗਿਆ ਹੋਇਆ ਆਉਣ ਕਰਕੇ ਉਹ ਪੈਂਡਿੰਗ ਰੋਕ ਲਏ ਚੈੱਕ ਉਹਨਾਂ ਦੇ, ਉਹ 23 ਤੋਂ ਬਾਅਦ ਕਹਿੰਦੇ ਵੀ ਪੇਮੈਂਟ ਕਰਨੀ ਹੈ। ਇਸ ਤਰ੍ਹਾਂ ਮੈਕਸੀਮਮ ਪੇਮੈਂਟ ਤਾਂ ਤਕਰੀਬ ਪੰਜਾਬ ਦੇ ਵਿੱਚ ਕਾਫੀ ਪੇਮੈਂਟ ਹੋ ਚੁੱਕੀ, ਅਤੇ ਕੁਛ ਚੈੱਕ ਨੇ ਜਿਹੜੇ ਬਾਕੀ ਰਹਿੰਦੇ ਨੇ ਉਹ ਵੀ ਸੰਘਰਸ਼ ਕਰਕੇ ਲੈ ਲਾਂਗੇ। ਜਿਹੜੀਆਂ ਮੰਗਾਂ ਦੂਜੀਆਂ ਰਹਿੰਦੀਆਂ ਨੇ ਉਹਨਾਂ 'ਤੇ ਸੰਘਰਸ਼ ਨੂੰ ਪਹਿਲਾਂ ਦੱਸਿਆ ਵੀ ਉਹ 'ਤੇ ਸੰਘਰਸ਼ ਅਸੀਂ ਕਰਾਂਗੇ। ਇੱਕ ਸਰਕਾਰੀ ਨੌਕਰੀ ਦੀ ਮੰਗ ਵੀ ਤੁਸੀਂ ਉਠਾਈ ਸੀ। ਸਰਕਾਰੀ ਨੌਕਰੀ ਦਾ ਵੀ ਇਹ ਹੈ ਵੀ ਜਿੱਥੇ ਕਿਤੇ ਸਾਡੇ ਕਿਸਾਨਾਂ ਨੇ ਸੰਘਰਸ਼ ਕਰ ਲਿਆ ਉੱਥੇ ਸਰਕਾਰੀ ਨੌਕਰੀ ਮਿਲ ਗਈ, ਜਿੱਥੇ ਕਿਤੇ ਸੰਘਰਸ਼ ਦੀ ਘਾਟ ਰਹਿ ਗਈ ਉੱਥੇ ਸਰਕਾਰੀ ਨੌਕਰੀ ਨਹੀਂ ਮਿਲੀ। ਮੌਜੂਦਾ ਸੰਦਰਭ ਦੇ ਵਿੱਚ ਜਦੋਂ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜੀ ਕਿਸਾਨਾਂ ਦੀ ਆਮਦਨ ਆ ਦੁੱਗਣੀ ਕੀਤੀ ਜਾਊਗੀ, ਤੁਹਾਨੂੰ ਲੱਗਦਾ ਵੀ ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਕਿਸਾਨਾਂ ਦੇ ਹਿੱਤ ਵਿੱਚ ਨੇ, ਅਤੇ ਕਿਵੇਂ ਦੁੱਗਣੀ ਹੋਏਗੀ ਆਮਦਨ? ਦੇਖੋ ਤੁਸੀਂ ਮੋਦੀ ਸਾਹਿਬ ਦਾ ਸਟੇਟਮੈਂਟ ਪਹਿਲਾਂ ਦੀ ਜਦੋਂ ਚੋਣਾਂ ਵੇਲੇ ਦੀ ਅਤੇ ਬੜੀਆਂ ਅਖਬਾਰਾਂ ਦੇ ਬਿਆਨਾਂ ਦੀਆਂ ਟੀ ਵੀ 'ਤੇ ਬੋਲਦਿਆਂ ਦੀਆਂ ਸੁਣੀਆਂ ਹੋਣੀਆਂ ਕਿ 2022 ਦੇ ਵਿੱਚ ਆਮਦਨ ਕਿਸਾਨਾਂ ਦੀ ਦੁੱਗਣੀ ਹੋਈ। ਕੀ MSP ਬਣੀ ਹੈ ਝੋਨੇ ਦੀ 100 ਰੁਪਈਆ, DAP ਦਾ ਰੇਟ ਉੱਚਾ ਹੋ ਗਿਆ, ਯੂਰੀਏ ਦਾ ਰੇਟ ਉੱਚਾ ਹੋ ਗਿਆ, ਬਿਜਲੀ ਦੇ ਬਿੱਲ ਉੱਚੇ ਹੋ ਗਏ, ਗੈਸ ਦੀਆਂ ਕੀਮਤਾਂ ਉੱਚੀਆਂ ਹੋ ਗਈਆਂ, ਸਕੂਲਾਂ ਦੀਆਂ ਫੀਸਾਂ ਉੱਚੀਆਂ ਹੋ ਗਈਆਂ, ਡਾਕਟਰਾਂ ਦੀਆਂ ਫੀਸਾਂ ਉੱਚੀਆਂ ਹੋ ਗਈਆਂ, ਕੀੜੇ ਮਾਰ ਦਵਾਈਆਂ ਮਹਿੰਗੀਆਂ ਹੋ ਗਈਆਂ, ਟਰੈਕਟਰਾਂ ਦੇ ਰੇਟ ਮਹਿੰਗੇ ਹੋ ਗਏ। ਕਿਹੜੀ ਚੀਜ਼ ਹੈ ਜਿਹਦੇ ਨਾਲ ਸਾਡੀ ਆਮਦਨ ਦੁੱਗਣੀ ਹੋ ਜੂਗੀ? ਕਿਹੜੀ ਅਮਲਦਾਰੀ ਹੈ ਸਰਕਾਰ ਦੀ ਜਿਹਦੇ ਨਾਲ ਸਾਡੀ ਆਮਦਨ ਦੁੱਗਣੀ ਹੋ ਜੂਗੀ? ਸਾਡੀ ਆਮਦਨ ਤਾਂ ਸਗੋਂ ਉਦੋਂ ਜ਼ਿਆਦਾ ਕਿਉਂਕਿ ਇਨਪੁੱਟਸ ਦੇ ਖਰਚੇ ਸਾਡੇ ਘੱਟ ਗਏ, ਦਿੱਤਾ ਸਰਕਾਰ ਨੇ ਸਾਨੂੰ ਥੋੜ੍ਹਾ, ਲੈ ਸਾਡੇ ਤੋਂ ਵੱਧ ਲਿਆ, ਇਸ ਕਰਕੇ ਸਾਡੀ ਜੇਬਾਂ ਦੇ ਵਿੱਚੋਂ ਇਹ ਜੇ ਨਿਕਲੂਗਾ ਧੰਦਾ। ਇਹ ਸਰਕਾਰ ਨੇ ਇਸ ਧੰਦੇ ਨੂੰ ਫੇਲ ਕਰਨ ਦੀ ਠਾਣੀ ਹੋਈ ਹੈ, ਇਸ ਧੰਦੇ ਨੂੰ ਘਾਟੇ ਵਾਲਾ ਧੰਦਾ ਬਣਾ ਕੇ, ਇਸ ਧੰਦੇ ਨੂੰ ਸਾਤੋਂ ਛਡਾ ਕੇ ਕਾਰਪੋਰੇਟ ਦੇ ਹਵਾਲੇ ਜ਼ਮੀਨਾਂ ਕਰਨ ਵਾਲੀ ਪੋਲਸੀ ਧਾਰੀ ਹੋਈ ਹੈ। ਇਹ ਪੋਲਸੀ ਦੇ ਤਹਿਤ ਹੀ ਇਹਨਾਂ ਨੇ ਸਾਡੇ 'ਚ ਝੋਨਾ ਲਿਆਂਦਾ ਹੈ, ਇਹ ਪੋਲਸੀ ਦੇ ਤਹਿਤ ਹੀ ਸਾਡੀ ਜ਼ਮੀਨ ਦਾ ਪਾਣੀ ਮੁਕਾਇਆ ਇਹਨਾਂ ਨੇ, ਇਹ ਪੋਲਸੀ ਹੈ ਜਿਹਦੇ ਨਾਲ ਸਾਡੇ ਖੇਤਾਂ ਦੇ ਵਿੱਚ ਜ਼ਹਿਰ ਫੈਲੀ ਹੈ, ਜਿਹਦਾ ਪ੍ਰਚਾਰ ਕੀਤਾ ਜਾ ਰਿਹਾ ਕਿਸਾਨਾਂ ਨੇ ਪਾਣੀ ਮੁਕਾਤਾ, ਕਿਸਾਨਾਂ ਨੇ ਪਾਣੀ ਗੰਦਾ ਕਰਤਾ, ਕਿਸਾਨਾਂ ਨੇ ਖਾਣ ਦੀਆਂ ਵਸਤਾਂ 'ਚ ਜ਼ਹਿਰ ਰਲਾ ਤੇ, ਆਪ ਇਹ ਵਧੀਆ ਖਾਣਾ ਖਾਂਦੇ ਨੇ ਅਤੇ ਲੋਕਾਂ ਨੂੰ ਜ਼ਹਿਰ ਖਵਾਉਂਦੇ ਨੇ, ਇਹ ਅਸੀਂ ਨੇ ਨਹੀਂ ਭਾਅ ਜੀ ਕੀਤਾ, ਇਹਨਾਂ ਦੇ ਖੇਤੀ ਮਾਡਲ ਨੇ ਕੀਤਾ, ਇਹਨਾਂ ਦੀ ਹਰੀ ਕ੍ਰਾਂਤੀ ਨੇ ਕੀਤਾ ਹੋਇਆ। ਝੋਨਾ ਸਾਡੀ ਫਸਲ ਨਹੀਂ ਸੀ ਪੰਜਾਬ ਦੀ, ਝੋਨਾ ਤਾਂ ਸਾਡੀ ਫਸਲ ਇੱਥੇ ਇੰਨੀ ਬਾਰਿਸ਼ ਹੀ ਨਹੀਂ ਹੁੰਦੀ, ਝੋਨੇ ਦੇ ਕਾਬਲ ਹੀ ਨਹੀਂ ਸਾਡੀ ਜ਼ਮੀਨ, ਝੋਨਾ ਇਹਨਾਂ ਨੇ ਲਿਆਂਦਾ। ਆਹ ਜਿਹੜਾ ਪਾਣੀ ਗੰਦਾ ਕੀਤਾ ਕਿਸੇ ਕਿਸਾਨ ਨੇ ਨਹੀਂ ਕੀਤਾ, ਇਹ ਦਰਿਆਵਾਂ ਅਤੇ ਨਹਿਰਾਂ ਦੇ ਵਿੱਚ ਜਿਹੜਾ ਗੰਦਾ ਪਾਣੀ ਨਾਲਿਆਂ 'ਚ ਤੇਜ਼ਾਬੀ ਪਾਣੀ ਆਉਂਦਾ, ਇਹ ਫੈਕਟਰੀਆਂ ਦੇ ਪੈਪ ਲਾ ਕੇ ਧਰਤੀ 'ਚ ਤੇਜ਼ਾਬੀ ਪਾਣੀ ਸੁੱਟਿਆ ਹੋਇਆ। ਸਵਾਲ ਤਾਂ ਤੁਹਾਡੇ 'ਤੇ ਉੱਠਦਾ ਨਾ, ਤੁਸੀਂ ਇੱਕ ਪਾਸੇ ਕਹਿ ਰਹੇ ਹੋ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ, ਦੂਜੇ ਪਾਸੇ ਝੋਨੇ ਨੂੰ ਤਰਜੀਹ ਦੇ ਰਹੇ ਹੋ, ਇਹ ਜਿਹੜੇ ਸਵਾਲ ਉੱਠਦੇ ਆ ਉਹਦਾ ਜਵਾਬ ਕੀ ਹੈ ਤੁਹਾਡਾ? ਅਸੀਂ ਨਹੀਂ ਭਾਅ ਜੀ ਤਰਜੀਹ ਦੇ ਰਹੇ ਝੋਨੇ ਨੂੰ, ਅਸੀਂ ਤਾਂ ਝੋਨੇ ਤੋਂ ਖਹਿੜਾ ਛਡਾਉਣਾ ਚਾਹੁੰਦੇ ਹਾਂ। ਅਸੀਂ ਕਹਿੰਦੇ ਵੀ ਸਾਨੂੰ, ਅਸੀਂ ਤਾਂ ਮੂੰਗੀ ਬੀਜ ਦਿੰਦੇ ਹਾਂ, ਮੱਕੀ ਬੀਜ ਦਿੰਦੇ ਹਾਂ, ਬਾਜਰਾ ਬੀਜ ਦਿੰਦੇ ਹਾਂ, ਜਿੰਨੀ ਝੋਨਾ ਆਮਦਨ ਦਿੰਦਾ ਹੈ ਉਨੀ ਆਮਦਨ ਦੇ ਦਿਓ, ਅਸੀਂ 70,000 ਰੁਪਇਆ ਕਿੱਲੇ ਦਾ ਠੇਕੇ ਦਾ ਦੇ ਬੈਠੇ ਹਾਂ, ਪਹਿਲਾਂ ਐਡਵਾਂਸ ਦੇ ਬੈਠੇ, 70 ਦਾ ਜਾਨੀ 35 ਦਾ ਬਣ ਗਿਆ ਨਾ ਉਹ 'ਚੋਂ, ਅਤੇ 35 ਉਹਦੇ ਖਰਚ ਹੋ ਜਾਂਦਾ ਅਤੇ ਬਣਦਾ ਸਾਡਾ 50,000 ਰੁਪਇਆ ਉਹ 'ਚੋਂ, ਜਾਨੀ ਕੋਈ ਸਾਨੂੰ ਇਹੀ ਜਿਹੀ ਫਸਲ ਤਾਂ ਦਿਓ ਜਿਹੜੀ ਸਾਡੀ ਝੋਨੇ ਦੇ ਬਰਾਬਰ ਨਿਕਲਦੀ ਹੋਵੇ ਅਤੇ ਉਹਦੀ ਕੀਮਤ ਪੂਰੀ ਕਰਦੀ ਹੋਵੇ। ਸਰਕਾਰ ਜੇ ਮੰਨ ਲਏ ਮੱਕੀ ਦਾ ਰੇਟ ਦਿੰਦੀ ਹੈ, ਮੂੰਗਫਲੀ ਦਾ ਰੇਟ ਦਿੰਦੀ ਹੈ, ਦਾਲਾਂ ਦੇ ਰੇਟ ਦਿੰਦੀ ਹੈ, ਸੋਇਆਬੀਨ ਦਾ ਰੇਟ ਦਿੰਦੀ ਹੈ, ਮੂੰਗੀ ਦਾ ਰੇਟ ਦਿੰਦੀ ਹੈ, ਉਹ ਰੇਟ ਦੇ ਦੇਵੇ ਅਤੇ ਨਰਮੇ ਦਾ ਰੇਟ ਦਿੰਦੀ ਹੈ, ਅਸੀਂ ਕਿਉਂ ਬੀਜਾਂਗੇ ਇਹ ਝੋਨਾ? ਪਾਣੀ ਦੀ ਤਕਲੀਫ ਇਕੱਲੇ ਸਰਕਾਰ ਨੂੰ ਨਹੀਂ,
ਪਾਣੀ ਦੀ ਤਕਲੀਫ ਬੁੱਧੀਜੀਵੀਆਂ ਨੂੰ ਨਹੀਂ। ਸਾਡੇ ਘਰਾਂ ਦੇ ਵਿੱਚ ਹੈਂਡ ਪੰਪ ਲੱਗੇ ਹੁੰਦੇ ਸੀ, ਉਹ ਸਾਰਾ 500 ਰੁਪਏ 'ਚ ਹੈਂਡ ਪੰਪ ਲੱਗ ਜਾਂਦਾ, 20 ਫੁੱਟ ਨਾਲੀ ਪਾਉਂਦੇ ਅਸੀਂ, ਘਰ ਦਾ ਪਾਣੀ ਕੱਢ ਕੇ ਮੌਜ ਨਾਲ ਪੀ ਲੈਂਦੇ। ਹੁਣ ਸਾਡੇ 300-300 ਤੇ ਮੋਟਰਾਂ ਲੱਗੀਆਂ ਹੋਈਆਂ ਅਤੇ 1.5 ਮੋਟਰ 'ਤੇ ਪਾਈ ਹੋਈ ਹੈ, ਅਤੇ 2-2 ਹਜ਼ਾਰ ਰੁਪਇਆ ਸਾਨੂੰ ਮਹੀਨੇ ਦਾ ਪਾਣੀ ਦਾ ਬਿੱਲ ਆ ਜਾਂਦਾ ਮੋਟਰ ਦਾ। ਅਸੀਂ ਸੌਖੇ ਹਾਂ ਪਾਣੀ ਮੁਕਾ ਕੇ? ਅਸੀਂ ਨੇ ਨਹੀਂ ਪਾਣੀ ਮੁਕਾਇਆ, ਪਾਣੀ ਇਹਨਾਂ ਨੇ ਮੁਕਾਇਆ, ਇਹਨਾਂ ਦੀ ਨੀਤੀ ਨੇ ਮੁਕਾਇਆ, ਇਹਨਾਂ ਦੀ ਪੋਲਿਸੀ ਨੇ। ਅਸੀਂ ਡਾਇਵਰਸੀਫਿਕੇਸ਼ਨ ਚਾਹੁੰਦੇ ਹਾਂ, ਡਾਇਵਰਸੀਫਿਕੇਸ਼ਨ ਕਾਹਦੇ ਨਾਲ ਹੋਊਗੀ? ਇਕਾਨਮੀ ਨਾਲ ਹੋਊ ਨਾ, ਪੈਸੇ ਨਾਲ ਹੋਊ। ਪੈਸੇ ਦਾ ਪ੍ਰਬੰਧ ਸਰਕਾਰ ਕਰੇ, ਜਿੰਨਾ ਸਾਨੂੰ ਹੋਰਾਂ ਫਸਲਾਂ 'ਚੋਂ ਘਾਟਾ ਪੈਂਦਾ ਉਹ ਪੂਰੀ ਕਰ ਦੇ, ਅਤੇ ਅਸੀਂ ਝੋਨਾ ਛੱਡ ਦਿੰਦੇ ਹਾਂ। ਅਸੀਂ ਤਾਂ ਝੋਨਾ ਵੀ ਨਹੀਂ ਬੀਜਣ ਨੂੰ ਤਿਆਰ। ਪਹਿਲਾਂ ਸਾਡੀ ਜਿੱਥੇ 3 ਦੀ ਮੋਟਰ ਕੰਮ ਕਰਦੀ ਸੀ, 5 ਕਿੱਲਿਆਂ 'ਤੇ 3 ਦੀ ਮੋਟਰ ਹੁੰਦੀ, 3 ਦੀ ਮੋਟਰ ਸਸਤੀ ਆ ਜਾਂਦੀ, ਡੂੰਘਾ ਪਾਣੀ ਸੀ ਕੱਢੀ ਜਾਂਦੀ। ਹੁਣ ਉਹੀ 5 ਕਿੱਲਿਆਂ 'ਤੇ ਸਾਡੀ 35 ਦੀ ਮੋਟਰ ਹੈ, ਸਾਨੂੰ ਵੱਡਾ ਬੋਰ ਲਾਉਣਾ ਪੈ ਗਿਆ। ਹਾਲਤ ਇਹ ਬਣ ਗਈ ਸਾਡੇ ਛੋਟੇ ਕਿਸਾਨਾਂ ਤੋਂ, ਜੇ ਬੋਰ ਟੁੱਟ ਜਾਂਦਾ ਨਾ, ਉਹ ਬੋਰ ਨਹੀਂ ਲਾ ਸਕਦਾ, 1.5 ਲੱਖ ਦਾ ਲੱਗਦਾ ਇਕੱਲਾ ਬੋਰ। ਜੇ ਮੋਟਰ ਮਾਟਰ ਪਾ ਕੇ ਇਕੱਲੇ ਕਿਸੇ ਘਰ ਨੇ ਚਲਾਉਣੀ ਆ, 2 ਲੱਖ ਰੁਪਈਆ ਚਾਹੀਦਾ। 3 ਕਿੱਲਿਆਂ ਦਾ ਕਿਸਾਨ ਕਿੱਥੋਂ ਲਾ ਲੂਗਾ 4 ਲੱਖ ਰੁਪਈਆ ਬਾਈ? ਇਸ ਕਰਕੇ ਸਾਡੀ ਪਹੁੰਚ ਤੋਂ ਤਾਂ ਪਾਣੀ, ਛੋਟੇ ਕਿਸਾਨਾਂ ਦੀ ਖੇਤਾਂ ਦੇ ਵਿੱਚ ਪਰਤਣ ਵਾਲਾ ਪਾਣੀ ਉਹਨਾਂ ਦੀ ਪਹੁੰਚ ਤੋਂ ਦੂਰ ਜਾ ਰਿਹਾ, ਪਾਣੀ ਖਤਮ ਹੋਣ ਜਾ ਰਿਹਾ। ਘਰਾਂ ਦੇ ਵਿੱਚ ਵੀ ਜੇ ਬਿਜਲੀ ਹੈ ਨਹੀਂ, ਹੈਂਡ ਪੰਪ ਲੱਗਦਾ ਨਹੀਂ, ਪਾਣੀ ਮੁੱਕਣ ਜਾ ਰਿਹਾ। ਇਹ ਸਾਡਾ ਕਿਸਾਨਾਂ ਦਾ ਕਸੂਰ ਨਹੀਂ ਹੈ। ਜਿਹੜਾ ਕਿਸਾਨ ਖੁਦਕੁਸ਼ੀਆਂ ਦਾ ਰੁਝਾਨ ਆ ਮਾਲਵਾ ਪੱਟੀ 'ਚ ਖਾਸ ਕਰਕੇ, ਉਹਦਾ ਕੀ ਕਾਰਨ ਆ, ਕਿਉਂ ਹੋ ਰਹੀਆਂ ਇਹ, ਉਹਦੀ ਰੋਕਥਾਮ ਲਈ ਕਿਸਾਨ ਸੰਗਠਨ ਕੀ ਕਰਦੇ ਆ ਕਿਸਾਨਾਂ ਨੂੰ ਜਾਗਰਤ ਕਰਨ ਵਾਸਤੇ? ਕੇਵਲ ਸਰਕਾਰ 'ਤੇ ਬਲੇਮ ਕਰਨਾ ਕਿਵੇਂ ਦੇਖਦੇ? ਇਹ ਕੋਈ ਕਿਸਾਨ ਜਾਂ ਮਜ਼ਦੂਰ ਖੁਦਕੁਸ਼ੀ ਕਰਦਾ, ਉਹਦਾ ਕਾਰਨ ਇਹ ਹੈ ਵੀ ਉਹ ਦੁਖੀ ਹੋਇਆ ਹੁੰਦਾ। ਦੁਖੀ ਕਿਸਾਨ ਕਦੋਂ ਹੁੰਦਾ? ਜਦੋਂ ਉਹਦਾ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਜਦੋਂ ਉਹਦੀਆਂ ਪਰਿਵਾਰ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਜਦੋਂ ਲੋੜਾਂ ਪੂਰੀਆਂ ਕਰਨ ਵਾਸਤੇ ਉਹਦੇ ਕੋਲ ਸ਼ਰਮਾਇਆ ਨਹੀਂ ਹੁੰਦਾ, ਉਦੋਂ ਦੁਖੀ ਹੁੰਦਾ ਜਦੋਂ ਉਹਨੂੰ ਨਮੋਸ਼ੀ ਝੱਲਣੀ ਪੈਂਦੀ ਹੈ ਸਮਾਜ ਦੇ ਵਿੱਚ। ਇਹ ਹਾਲਤਾਂ ਫਿਰ ਕਿਹਨੇ ਪੈਦਾ ਕਰਤੀਆਂ ਬਾਈ? ਇਹ ਤਾਂ ਸਰਕਾਰ ਨੇ ਪੈਦਾ ਕੀਤੀਆਂ ਨੇ। ਸਰਕਾਰ ਮੰਨਦੀ ਹੈ ਵੀ 1 ਲੱਖ ਕਰੋੜ ਰੁਪਈਆ ਕਿਸਾਨਾਂ ਸਿਰ ਹੁਣ ਕਰਜ਼ਾ, ਹੁਣ ਵੱਧ ਗਿਆ ਹੋਊ। ਉਹ ਜਿਹੜਾ ਕਰਜ਼ਾ ਚੜ੍ਹਿਆ ਕਿਸਾਨਾਂ ਦਾ, ਸਰਕਾਰ ਨੇ ਪ੍ਰਵਾਨ ਕੀਤਾ, ਅਮਰਿੰਦਰ ਦੀ ਸਰਕਾਰ ਨੇ ਪ੍ਰਵਾਨ ਕੀਤਾ, ਬਾਦਲ ਦੀ ਸਰਕਾਰ ਨੇ ਪ੍ਰਵਾਨ ਕੀਤਾ ਕਿ ਕਿਸਾਨਾਂ ਨੂੰ, ਯੂਨੀਵਰਸਿਟੀਆਂ ਦੇ ਮਾਹਰਾਂ ਨੇ ਕੀਤਾ ਕਿ ਕਿਸਾਨਾਂ ਨੂੰ ਅੱਜ ਤੱਕ ਲਾਗਤ ਖਰਚੇ ਦੇ ਮੁਤਾਬਕ ਰੇਟ ਨਹੀਂ ਮਿਲੇ।